ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੋ ਪੰਜਾਬ ਮਿਡ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਜੇਕਰ ਤੁਸੀਂ ਇਹ ਵੀਡੀਓ ਦਾ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਪਹਿਲਾਂ ਉਸ ਨੂੰ ਜ਼ਰੂਰ ਦੇਖ ਲਿਓ, ਜਿਹਦੇ ਨਾਲ ਤੁਹਾਨੂੰ ਪੂਰੀ ਕਹਾਣੀ ਚੰਗੀ ਤਰ੍ਹਾਂ ਸਮਝ ਆ ਜਾਵੇਗੀ। ਸੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਅਤੇ ਜਿਵੇਂ ਕਿ ਤੁਸੀਂ ਪਹਿਲੀ ਵੀਡੀਓ ਵਿੱਚ ਦੇਖਿਆ ਕਿ ਉਹਨਾਂ ਨੇ ਕਿਵੇਂ ਗਰੀਬੀ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਸਾਬਤ ਕੀਤਾ ਅਤੇ ਕਿਵੇਂ ਮੁਸ਼ਕਲਾਂ ਵਿੱਚੋਂ ਨਿਕਲ ਕੇ ਰਾਕਟ ਨੂੰ ਸਪੇਸ ਤੱਕ ਪਹੁੰਚਾਇਆ, ਅਤੇ ਅੱਜ ਆਪਾਂ ਗੱਲ ਕਰਾਂਗੇ ਕਿਵੇਂ ਉਹਨਾਂ ਨੇ ਅਮਰੀਕਾ ਵਰਗੇ ਦੇਸ਼ ਨੂੰ ਚੱਕਰਾਂ ਵਿੱਚ ਪਾਇਆ ਅਤੇ ਪਰਮਾਣੂ ਬੰਬ ਬਣਾ ਕੇ ਦਿਖਾ ਦਿੱਤਾ, ਅਤੇ ਰਾਕਟ ਦੀ ਸਫਲਤਾ ਤੋਂ ਬਾਅਦ ਉਹਨਾਂ ਨੂੰ ਮਿਜ਼ਾਈਲ ਬਣਾਉਣ ਦਾ ਪ੍ਰੋਗਰਾਮ ਦੇ ਦਿੱਤਾ ਗਿਆ ਸੀ। ਪਹਿਲਾਂ ਤਾਂ ਉਹਨਾਂ ਨੂੰ ਪਾਰਟ ਬਣਾਉਣ ਲਈ ਹੀ ਕਿਹਾ ਗਿਆ ਸੀ ਮਿਜ਼ਾਈਲ ਦੇ, ਪਰ ਬਾਅਦ ਵਿੱਚ ਉਹਨਾਂ ਨੂੰ ਪੂਰੀ ਮਿਜ਼ਾਈਲ ਤਿਆਰ ਕਰਨ ਦਾ ਪ੍ਰੋਗਰਾਮ ਦੇ ਦਿੱਤਾ ਗਿਆ, ਅਤੇ ਜਿਸ ਤੋਂ ਬਾਅਦ ਉਹ ਇੱਕ ਵਾਰ ਹੈਰਾਨ ਵੀ ਹੋ ਗਏ ਸੀ, ਅਤੇ ਜਿਸ ਤੋਂ ਬਾਅਦ ਇਹ ਖਬਰ ਬਹੁਤ ਜ਼ਿਆਦਾ ਫੈਲ ਗਈ। ਅਤੇ ਮਿਜ਼ਾਈਲ ਟੈਕਨੋਲੋਜੀ ਉਸ ਵਕਤ ਕੁਝ ਕੁ ਦੇਸ਼ਾਂ ਕੋਲ ਹੀ ਸੀ, ਅਤੇ ਉਹ ਸਭ ਇੰਡੀਆ ਵੱਲ ਦੇਖ ਰਹੇ ਸੀ ਕਿ ਇਹ ਕੀ ਕਰਨ ਜਾ ਰਹੇ ਨੇ ਅਤੇ ਕਿਵੇਂ ਕਰਨਗੇ। ਮਿਜ਼ਾਈਲ ਟੈਕਨੋਲੋਜੀ ਦਾ ਹੁਨਰ ਕੁਝ ਚੁਣੇ ਹੋਏ ਦੇਸ਼ਾਂ ਕੋਲ ਹੀ ਸੀ। 25 ਮਈ 1988 ਨੂੰ ਸੁਬਹ 11:23 ਤੇ ਪ੍ਰਿਥਵੀ ਨਾਮ ਦੀ ਮਿਜ਼ਾਈਲ ਤਿਆਰ ਸੀ। ਪ੍ਰਿਥਵੀ ਇੱਕ ਮਿਜ਼ਾਈਲ ਹੀ ਨਹੀਂ ਸੀ, ਬਲਕਿ ਫਿਊਚਰ ਵਿੱਚ ਆਉਣ ਵਾਲੀਆਂ ਮਿਜ਼ਾਈਲਾਂ ਦਾ ਬੁਨਿਆਦੀ ਨਕਸ਼ਾ ਵੀ ਸੀ। ਪ੍ਰਿਥਵੀ ਨੇ ਆਪਣੇ ਆਸ ਪਾਸ ਦੇ ਦੇਸ਼ਾਂ ਨੂੰ ਦਹਿਲਾ ਦਿੱਤਾ ਸੀ, ਤੇ ਕਈ ਮੁਲਕ ਬਹੁਤ ਹੈਰਾਨ ਵੀ ਹੋਏ ਤੇ ਫਿਰ ਗੁੱਸਾ ਵੀ ਦਿਖਾਇਆ, ਤੇ ਫਿਰ ਇੰਡੀਆ ਤੇ ਅਜਿਹੀ ਪਾਬੰਦੀ ਲਗਾ ਦਿੱਤੀ ਕਿ ਉਹ ਅਜਿਹੀ ਕੋਈ ਚੀਜ਼ ਬਾਹਰ ਤੋਂ ਨਾ ਖਰੀਦ ਸਕਣ ਜੋ ਉਹਨਾਂ ਦੇ ਮਿਜ਼ਾਈਲ ਪ੍ਰੋਗਰਾਮ ਵਿੱਚ ਕੰਮ ਆ ਸਕੇ। ਤੇ ਅਗਨੀ ਨਾਮ ਦੀ ਮਿਜ਼ਾਈਲ ਬਣਾਉਣ ਵਿੱਚ 500 ਤੋਂ ਜ਼ਿਆਦਾ ਸਾਇੰਸਦਾਨ ਸ਼ਾਮਲ ਸੀਗੇ, ਤੇ ਅਗਨੀ ਦਾ ਲਾਂਚ 30 ਅਪ੍ਰੈਲ 1999 ਨੂੰ ਰੱਖਿਆ ਗਿਆ। ਤੇ ਫਿਰ ਲਾਂਚ ਦੇ ਵਕਤ ਇੱਕ ਫੈਸਲਾ ਕੀਤਾ ਗਿਆ ਕਿ ਆਸ ਪਾਸ ਦੇ ਸਾਰੇ ਪਿੰਡ ਖਾਲੀ ਕਰਾ ਦਿੱਤੇ ਜਾਣ, ਤੇ ਜਿਸ ਤੋਂ ਬਾਅਦ ਅਖਬਾਰ ਤੇ ਮੀਡੀਆ ਨੇ ਇਹ ਚੀਜ਼ ਨੂੰ ਬਹੁਤ ਉਛਾਲਿਆ, ਤੇ 20 ਅਪ੍ਰੈਲ ਤੱਕ ਪਹੁੰਚਦੇ ਤਮਾਮ ਮੁਲਕ ਦੀ ਨਿਗਾਹ ਇਹਨਾਂ ਤੇ ਟਿਕੀ ਹੋਈ ਸੀ, ਤੇ ਦੂਸਰੇ ਮੁਲਕਾਂ ਦਾ ਦਬਾਅ ਵੱਧ ਰਿਹਾ ਸੀ ਕਿ ਤੁਸੀਂ ਇਹ ਤਜੁਰਬੇ ਨੂੰ ਮੁਲਤਵੀ ਕਰ ਦਿਓ ਜਾਂ ਫਿਰ ਖਾਰਿਜ। ਪਰ ਕਲਾਮ ਜੀ ਦਾ ਕਹਿਣਾ ਕਿ ਸਰਕਾਰ ਸਾਡੇ ਪਿੱਛੇ ਮਜ਼ਬੂਤ ਦੀਵਾਰ ਬਣ ਕੇ ਖੜੀ ਰਹੀ ਤੇ ਕਿਸੇ ਵੀ ਤਰ੍ਹਾਂ ਸਾਨੂੰ ਪਿੱਛੇ ਨਹੀਂ ਹਟਣ ਦਿੱਤਾ, ਤੇ ਲਾਂਚ ਤੋਂ ਸਿਰਫ 14 ਸੈਕਿੰਡ ਪਹਿਲਾਂ ਕੰਪਿਊਟਰ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ। ਕਿਸੇ ਇੱਕ ਪੁਰਜੇ ਵਿੱਚ ਖਾਮੀ ਸੀ ਤੇ ਉਹਨੂੰ ਉਸ ਵਕਤ ਹੀ ਠੀਕ ਕਰ ਦਿੱਤਾ ਗਿਆ, ਪਰ ਉਸ ਵਕਤ ਹੀ ਡਾਊਨ ਰੇਂਜ ਸਟੇਸ਼ਨ ਨੇ ਰੁਕਣ ਦਾ ਸੰਕੇਤ ਦਿੱਤਾ, ਤੇ ਕੁਝ ਸੈਕਿੰਡਾਂ ਵਿੱਚ ਕਈ ਰੁਕਾਵਟਾਂ ਸਾਹਮਣੇ ਆ ਗਈਆਂ, ਤੇ ਜਿਸ ਤੋਂ ਬਾਅਦ ਲਾਂਚ ਨੂੰ ਰੋਕਣਾ ਪਿਆ, ਤੇ ਜਿਸ ਤੋਂ ਬਾਅਦ ਮੀਡੀਆ ਤੇ ਅਖਬਾਰਾਂ ਨੇ ਫੇਰ ਆਪਣੇ ਹੱਥ ਕੱਢ ਲਏ। ਕਾਰਟੂਨਿਸਟ ਸੁਧੀਰ ਧਾਰ ਨੇ ਇੱਕ ਕਾਰਟੂਨ ਸਾਂਝਾ ਕੀਤਾ ਜਿਹਦੇ ਵਿੱਚ ਇੱਕ ਖਰੀਦਦਾਰ ਸਮਾਨ ਵਾਪਸ ਕਰਦਾ ਹੋਇਆ ਦੁਕਾਨਦਾਰ ਨੂੰ ਕਹਿ ਰਿਹਾ, ਅਗਨੀ ਦੀ ਤਰ੍ਹਾਂ ਇਹ ਵੀ ਨਹੀਂ ਚੱਲ ਰਿਹਾ। ਤੇ ਇੱਕ ਕਾਰਟੂਨ ਵਿੱਚ ਦਿਖਾਇਆ ਗਿਆ ਕਿ ਸਾਇੰਸਦਾਨ ਕਹਿ ਰਿਹਾ ਹੈ ਸਭ ਠੀਕ ਸੀ, ਬਸ ਸਵਿੱਚ ਬਟਨ ਨਹੀਂ ਚੱਲਿਆ, ਤੇ ਹਿੰਦੁਸਤਾਨ ਟਾਈਮਸ ਦੇ ਕਾਰਟੂਨ ਵਿੱਚ ਇੱਕ ਨੇਤਾ ਰਿਪੋਰਟਰਸ ਨੂੰ ਸਮਝਾ ਰਿਹਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ, ਇਹ ਤਾਂ ਬੜੀ ਸ਼ਾਂਤੀ ਤੇ ਨਰਮ ਸੁਭਾਅ ਵਾਲੀ ਮਿਜ਼ਾਈਲ ਹੈ, ਇਹਦੇ ਨਾਲ ਕੋਈ ਮਰੇਗਾ ਨਹੀਂ। ਤੇ ਜਿਸ ਤੋਂ ਬਾਅਦ 10 ਦਿਨ ਲਗਾਤਾਰ 24 ਘੰਟੇ ਕੰਮ ਚੱਲਿਆ ਮਿਜ਼ਾਈਲ ਦੀ ਦਰੁਸਤੀ ਲਈ, ਤੇ ਆਖਿਰਕਾਰ ਸਾਇੰਸਦਾਰਾਂ ਨੇ ਇੱਕ ਨਵੀਂ ਤਰੀਕ ਤੈਅ ਕੀਤੀ ਅਗਨੀ ਦੇ ਲਾਂਚ ਦੀ। ਪਰ ਫੇਰ ਉਹੀ ਹੋਇਆ, 10 ਸੈਕਿੰਡ ਪਹਿਲਾਂ ਕੰਪਿਊਟਰ ਨੇ ਰੁਕਾਵਟ ਦਾ ਇਸ਼ਾਰਾ ਦਿੱਤਾ ਤੇ ਪਤਾ ਲੱਗਿਆ ਕਿ ਇੱਕ ਪੁਰਜਾ ਕੰਮ ਨਹੀਂ ਕਰ ਰਿਹਾ, ਤੇ ਲਾਂਚ ਫੇਰ ਰੋਕਣਾ ਪਿਆ। ਤੇ ਅਜਿਹੀਆਂ ਗੱਲਾਂ ਸਾਇੰਸ ਤਜਰਬਿਆਂ ਵਿੱਚ ਹੋਣੀਆਂ ਵੈਸੇ ਤਾਂ ਆਮ ਗੱਲ ਹੈ, ਤੇ ਬਾਹਰ ਦੇ ਮੁਲਕਾਂ ਵਿੱਚ ਵੀ ਬਹੁਤ ਵਾਰ ਇੱਦਾਂ ਹੁੰਦਾ ਰਹਿੰਦਾ ਹੈ, ਪਰ ਉਮੀਦਾਂ ਨਾਲ ਭਰਿਆ ਹੋਇਆ ਦੇਸ਼ ਉਹਨਾਂ ਦੀਆਂ ਮੁਸ਼ਕਲਾਂ ਸਮਝਣ ਲਈ ਤਿਆਰ ਨਹੀਂ ਸੀ, ਤੇ ਇਹੀ ਸਭ ਕੁਝ ਅੱਜ ਵੀ ਇੱਦਾਂ ਹੀ ਚੱਲਦਾ ਹੈ, ਬੇਸ਼ੱਕ ਉਹ ਸਰਕਾਰ ਦੇ ਮੁਖੀ ਲਈ ਹੋਵੇ ਜਾਂ ਫਿਰ ਪਰਿਵਾਰ ਦੇ ਮੁਖੀ ਲਈ। ਤੇ ਇਸ ਤੋਂ ਬਾਅਦ ਵੀ ਹਿੰਦੂ ਅਖਬਾਰ ਵਿੱਚ ਕੇਸ਼ਵ ਦਾ ਇੱਕ ਕਾਰਟੂਨ ਛਪਿਆ ਜਿਹਦੇ ਵਿੱਚ ਇੱਕ ਦਿਹਾਤੀ ਕੁਝ ਨੋਟ ਗਿਣਦਾ ਹੋਇਆ ਕਹਿ ਰਿਹਾ ਸੀ ਮਿਜ਼ਾਈਲ ਦੇ ਵਕਤ ਪਿੰਡ ਚੋਂ ਬਾਹਰ ਜਾਣ ਦਾ ਮੁਆਵਜ਼ਾ ਮਿਲਿਆ, ਤੇ ਜੇਕਰ ਇਹ ਤਜਰਬਾ 2-4 ਵਾਰ ਹੋਰ ਨਾ ਕਾਮਯਾਬ ਹੋਇਆ ਤਾਂ ਫਿਰ ਮੈਂ ਪੱਕਾ ਘਰ ਬਣਾ ਲਾਂਗਾ। ਤੇ ਹੋਰ ਤਾਂ ਹੋਰ ਅਮੁਲ ਬਟਰ ਵਾਲਿਆਂ ਨੇ ਵੀ ਆਪਣੇ ਹੋਲਡਿੰਗ ਤੇ ਲਿਖਿਆ ਕਿ ਅਗਨੀ ਨੂੰ ਫਿਊਲ ਲਈ ਸਾਡੇ ਬਟਰ ਦੀ ਜ਼ਰੂਰਤ ਹੈ। ਪਰ ਅਗਨੀ ਦੀ ਮੁਰੰਮਤ ਦਾ ਕੰਮ ਜਾਰੀ ਰਿਹਾ। ਆਖਿਰਕਾਰ ਇੱਕ ਵਾਰੀ ਫਿਰ 22 ਮਈ ਅਗਨੀ ਦੇ ਲਾਂਚ ਲਈ ਰੱਖੀ ਗਈ, ਤੇ ਉਸ ਤੋਂ ਪਿਛਲੀ ਰਾਤ ਡਾਕਟਰ ਅਰੁਣਾਚਲਮ, ਜਨਰਲ ਕੇ ਐਮ ਸਿੰਘ ਤੇ ਅਬਦੁਲ ਕਲਾਮ ਜੀ ਤੇ ਨਾਲ ਡਿਫੈਂਸ ਮਿਨਿਸਟਰ ਕੇ ਸੀ ਪੰਥ ਦੇ ਨਾਲ ਸਮੁੰਦਰ ਦੇ ਕਿਨਾਰੇ ਤੇ ਚੱਲਦੇ ਚੱਲਦੇ ਇਹੀ ਸੋਚ ਰਹੇ ਸੀ ਕਿ ਕੱਲ ਨੂੰ ਅਗਨੀ ਦਾ ਕੀ ਬਣੇਗਾ, ਕੱਲ ਅਗਨੀ ਦਾ ਲਾਂਚ ਕਾਮਯਾਬ ਹੋਵੇਗਾ ਜਾਂ ਨਹੀਂ। ਸਭ ਦੇ ਦਿਮਾਗ ਵਿੱਚ ਇਹੀ ਗੱਲ ਬਾਰ ਬਾਰ ਆ ਰਹੀ ਸੀ, ਤੇ ਜਿਸ ਤੋਂ ਬਾਅਦ ਡਿਫੈਂਸ ਮਿਨਿਸਟਰ ਨੇ ਇੱਕ ਲੰਬੀ ਖਾਮੋਸ਼ੀ ਨੂੰ ਤੋੜਦੇ ਹੋਏ ਪੁੱਛਿਆ, ਕਲਾਮ ਕੱਲ ਅਗਨੀ ਦੀ ਕਾਮਯਾਬੀ ਮਨਾਉਣ ਲਈ ਕੀ ਚਾਹੁੰਦਾ ਹੈ ਤੂੰ? ਤੇ ਮੈਂ ਕੀ ਚਾਹੁੰਦਾ ਸੀ? ਅਜਿਹਾ ਕੀ ਸੀ ਜੋ ਨਹੀਂ ਸੀ ਮੇਰੇ ਕੋਲ? ਕੁਝ ਚਿਰ ਸੋਚਣ ਤੋਂ ਬਾਅਦ ਉਹਨਾਂ ਨੂੰ ਜਵਾਬ ਮਿਲ ਗਿਆ ਕਿ ਆਪਾਂ 1 ਲੱਖ ਬੂਟੇ ਲਾਵਾਂਗੇ। ਤੇ ਜਦੋਂ ਇਹ ਗੱਲ ਕਹੀ ਤਾਂ ਇਹ ਸੁਣ ਕੇ ਉਹਨਾਂ ਦੇ ਚਿਹਰੇ ਤੇ ਰੌਣਕ ਆ ਗਈ, ਤੇ ਉਹ ਫਿਰ ਬੋਲੇ ਕਿ ਤੂੰ ਆਪਣੀ ਅਗਨੀ ਲਈ ਧਰਤੀ ਮਾਂ ਦਾ ਆਸ਼ੀਰਵਾਦ ਚਾਹੁੰਦਾ ਹੈ।
ਕੋਈ ਨਹੀਂ, ਕੱਲ ਏਦਾਂ ਹੀ ਹੋਵੇਗਾ। ਤੇ ਫਿਰ ਅਗਲੇ ਦਿਨ ਸੁਬਹ 7:10 ਤੇ ਅਗਨੀ ਲਾਂਚ ਹੋਈ ਤੇ ਇਸ ਵਕਤ ਕਦਮ ਕਦਮ ਸਹੀ ਨਿਕਲਿਆ। ਤੇ ਉਹਨਾਂ ਦਾ ਕਹਿਣਾ ਸੀ ਕਿ ਮਿਜ਼ਾਈਲ ਨੇ ਜਿਵੇਂ ਟੈਕਸਟ ਬੁੱਕ ਯਾਦ ਕਰ ਲਈ ਹੋਵੇ, ਜਿਵੇਂ ਪੂਰਾ ਸਬਕ ਯਾਦ ਕਰ ਲਿਆ ਹੋਵੇ। ਹਰ ਇੱਕ ਸਵਾਲ ਦਾ ਸਹੀ ਜਵਾਬ ਮਿਲ ਰਿਹਾ ਸੀ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇੱਕ ਲੰਬੇ ਖੌਫਨਾਕ ਸੁਪਨੇ ਤੋਂ ਬਾਅਦ ਇੱਕ ਖੂਬਸੂਰਤ ਸੁਬਹ ਵਿੱਚ ਅੱਖ ਖੁੱਲੀ ਆ। ਤੇ 5 ਸਾਲ ਦੀ ਮਿਹਨਤ ਤੋਂ ਬਾਅਦ ਉਹ ਇਹ ਲਾਂਚ ਪੈਡ ਤੇ ਪਹੁੰਚੇ ਸੀ। ਇਹਦੇ ਪਿੱਛੇ 5 ਸਾਲਾਂ ਦੀ ਲੰਬੀ ਨਾਕਾਮਯਾਬੀ, ਕੋਸ਼ਿਸ਼ਾਂ ਤੇ ਇਮਤਿਹਾਨ ਖੜੇ ਸੀ ਤੇ ਇਹ ਕੋਸ਼ਿਸ਼ ਨੂੰ ਰੋਕਣ ਲਈ ਇੰਡੀਆ ਨੇ ਹਰ ਤਰ੍ਹਾਂ ਦਾ ਦਬਾਅ ਬਰਦਾਸ਼ਤ ਕੀਤਾ ਸੀ। ਪਰ ਅਬਦੁਲ ਕਲਾਮ ਜੀ ਦਾ ਕਹਿਣਾ ਕਿ ਅਸੀਂ ਉਹ ਕਰ ਦਿਖਾਇਆ ਜੋ ਕਰਨਾ ਸੀ। ਤੇ ਉਹਨਾਂ ਦਾ ਕਹਿਣਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਸੀ ਉਹ। ਉਹ 600 ਸੈਕਿੰਡ ਦੀ ਉਡਾਨ ਨੇ ਸਾਡੀ ਕਈ ਸਾਲਾਂ ਦੀ ਥਕਾਨ ਦੂਰ ਕਰ ਦਿੱਤੀ ਤੇ ਉਹਨਾਂ ਨੇ ਕਈ ਸਾਲਾਂ ਦੀ ਮਿਹਨਤ ਨੂੰ ਕਾਮਯਾਬੀ ਦਾ ਤਿਲਕ ਲਗਾਇਆ। 1990 ਦੇ ਰਿਪਬਲਿਕ ਡੇ ਤੇ ਲੋਕਾਂ ਨੇ ਮਿਜ਼ਾਈਲ ਪ੍ਰੋਗਰਾਮ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਤੇ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਤੇ ਡਾਕਟਰ ਅਰੁਣਾ ਚਲਮ ਨੂੰ ਵੀ। ਤੇ 10 ਸਾਲ ਪਹਿਲਾਂ ਮਿਲੇ ਪਦਮ ਭੂਸ਼ਣ ਦੀਆਂ ਯਾਦਾਂ ਫੇਰ ਤੋਂ ਤਾਜ਼ਾ ਹੋ ਗਈਆਂ ਤੇ ਉਹਨਾਂ ਦਾ ਰਹਿਣ ਸਹਿਣ ਹੁਣ ਵੀ ਓਦਾਂ ਹੀ ਸੀ ਜਿੱਦਾਂ ਪਹਿਲਾਂ ਸੀ ਤੇ ਉਹਨਾਂ ਦਾ 10x12 ਦਾ ਕਮਰਾ ਕਿਤਾਬਾਂ ਨਾਲ ਭਰਿਆ ਹੋਇਆ ਸੀ ਤੇ ਕੁਝ ਜ਼ਰੂਰੀ ਫਰਨੀਚਰ ਸੀ ਤੇ ਉਹ ਵੀ ਕਿਰਾਏ ਤੇ ਲਿਆ ਸੀ। ਤੇ ਹੁਣ ਗੱਲ ਕਰਦੇ ਹਾਂ ਪਰਮਾਣੂ ਬੰਬ ਦੀ, ਜਿਸ ਨੂੰ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਤੇ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਕੁਝ ਕੁ ਦੇਸ਼ਾਂ ਨੂੰ ਛੱਡ ਕੇ ਕਿਸੇ ਵੀ ਦੇਸ਼ ਕੋਲ ਪਰਮਾਣੂ ਬੰਬ ਹੋਵੇ। ਤੇ ਇੰਡੀਆ ਦੀਆਂ ਸਾਰੀਆਂ ਨਿਊਕਲੀਅਰ ਥਾਵਾਂ ਤੇ ਅਮਰੀਕਾ ਦੀ ਸੈਟਾਲਾਈਟ ਰਾਹੀਂ ਸਾਰੇ ਇੰਡੀਆ ਤੇ ਨਜ਼ਰ ਸੀ ਤਾਂ ਜੋ ਇੰਡੀਆ ਦਾ ਪਰਮਾਣੂ ਪ੍ਰੀਖਣ ਰੋਕਿਆ ਜਾ ਸਕੇ। ਤੇ ਉਸ ਵਕਤ ਫਿਰ ਇੰਡੀਆ ਨੇ ਇੱਕ ਸੀਕ੍ਰੇਟ ਪਲਾਨ ਬਣਾਇਆ ਸੀ ਤੇ ਉਸ ਵਕਤ ਡਾਕਟਰ ਅਬਦੁਲ ਕਲਾਮ ਜੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸੀ ਤੇ ਇਹ ਪ੍ਰੀਖਣ ਦੀ ਜਾਣਕਾਰੀ ਕੁਝ ਖਾਸ ਮੰਤਰੀਆਂ ਤੱਕ ਹੀ ਸੀਮਿਤ ਸੀ। ਉਸ ਵਕਤ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੁੰਦੇ ਸੀ ਤੇ ਉਹ ਪਹਿਲਾਂ ਹੀ ਸੋਚ ਕੇ ਆਏ ਹੋਏ ਸੀ ਕਿ ਜਦੋਂ ਸੱਤਾ ਵਿੱਚ ਆਵਾਂਗੇ ਪਰਮਾਣੂ ਪ੍ਰੀਖਣ ਤਾਂ ਜ਼ਰੂਰ ਹੋਵੇਗਾ। ਤੇ ਫਿਰ ਉਹਨਾਂ ਨੇ ਇੱਕ ਸੀਕ੍ਰੇਟ ਪਲਾਨ ਬਣਾਇਆ ਜਿਹਦੇ ਨਾਲ ਅਮਰੀਕਾ ਨੂੰ ਭਣਕ ਵੀ ਨਾ ਲੱਗ ਸਕੀ। ਤੇ ਪਲਾਨ ਕੁਝ ਇਸ ਤਰ੍ਹਾਂ ਸੀ ਕਿ ਸਾਇੰਟਿਸਟ ਕਦੇ ਵੀ ਪਰਮਾਣੂ ਟੈਸਟ ਸਾਈਟ ਤੇ ਇਕੱਠੇ ਨਹੀਂ ਜਾਂਦੇ ਸੀ ਤੇ ਜੇਕਰ ਕੋਈ ਗੱਲ ਵੀ ਕਰਨੀ ਸੀ ਉਹ ਵੀ ਕੋਡ ਵਰਡ ਦੇ ਵਿੱਚ ਕਰਦੇ ਸੀ, ਜਿਵੇਂ ਕਿ ਕੁੰਭਕਰਨ, ਤਾਜ ਮਹਿਲ, ਵਾਈਟ ਹਾਊਸ। ਤੇ ਉਸ ਵਕਤ ਅਮਰੀਕਾ ਦੇ ਸੈਟੇਲਾਈਟ ਭਾਰਤ ਤੋਂ ਬਹੁਤ ਜ਼ਿਆਦਾ ਆਧੁਨਿਕ ਸੀ ਤੇ ਉਹ ਇੰਡੀਆ ਦੇ ਵਿੱਚ ਕਿਸੇ ਵੀ ਛੋਟੀ ਤੋਂ ਛੋਟੀ ਗਤੀਵਿਧੀ ਦੀ ਸਾਫ਼ ਫੋਟੋ ਲੈ ਸਕਦੇ ਸੀ। ਤੇ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਅਮਰੀਕਾ ਸਾਡੇ ਤੇ ਨਜ਼ਰ ਰੱਖ ਰਿਹਾ ਹੈ, ਉਹ ਵੀ ਸੈਟੇਲਾਈਟ ਨਾਲ, ਕਿਉਂਕਿ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਪ੍ਰੀਖਣ ਕੀਤਾ ਸੀ ਜੋ 1978 ਦੇ ਵਿੱਚ ਕੀਤਾ ਸੀ। ਉਸ ਵਕਤ ਪ੍ਰਧਾਨ ਮੰਤਰੀ ਨੂੰ ਸਿੱਧਾ ਕਹਿ ਦਿੱਤਾ ਸੀ ਕਿ ਤੁਸੀਂ ਆਪਣੇ ਪ੍ਰੀਖਣ ਨੂੰ ਇੱਥੇ ਹੀ ਬੰਦ ਕਰ ਦਵੋ, ਨਹੀਂ ਤਾਂ ਮਜਬੂਰਨ ਸਾਨੂੰ ਕਰਨਾ ਪਵੇਗਾ। ਪਰ ਇਸ ਵਾਰ ਇਹਨਾਂ ਨੂੰ ਸੈਟੇਲਾਈਟ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਉਹ ਕਿੰਨੇ ਸਮੇਂ ਬਾਅਦ ਇਸ ਜਗ੍ਹਾ ਤੇ ਦੁਬਾਰਾ ਪਹੁੰਚਦਾ ਹੈ ਤੇ ਜੋ ਸਮੇਂ ਉਹ ਦੂਸਰੀ ਤਰਫ ਹੁੰਦਾ ਹੈ ਉਸ ਵਕਤ ਆਪਾਂ ਇਸ ਜਗ੍ਹਾ ਤੇ ਕੰਮ ਕਰ ਸਕਦੇ ਹਾਂ। ਤੇ ਜ਼ਿਆਦਾਤਰ ਕੰਮ ਉਹ ਰਾਤ ਵੇਲੇ ਹੀ ਕਰਦੇ ਸੀ ਤੇ ਜੋ ਵੀ ਉੱਥੇ ਰੇਤਾ ਇੱਧਰ ਉੱਧਰ ਹੁੰਦਾ ਸੀ ਉਸ ਨੂੰ ਉਹ ਸਹੀ ਕਰ ਦਿੰਦੇ ਸੀ ਤੇ ਦਿਨ ਵਿੱਚ ਉਹ ਬਿਲਕੁਲ ਉਸੇ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਸਮੇਂ ਤੋਂ ਉਸੇ ਤਰ੍ਹਾਂ ਪਿਆ ਹੋਵੇ। ਤੇ ਪੋਖਰਣ ਤੇ ਹੀ ਆਰਮੀ ਦਾ ਬੇਸ ਬਣਾਇਆ ਹੋਇਆ ਸੀ ਜਿੱਥੇ ਪਰਮਾਣੂ ਪ੍ਰੀਖਣ ਦਾ ਕੰਮ ਚੱਲ ਰਿਹਾ ਸੀ ਤੇ ਸਾਰੇ ਸਾਇੰਟਿਸਟ ਆਰਮੀ ਦੀ ਹੀ ਵਰਦੀ ਪਾ ਕੇ ਆਉਂਦੇ ਸੀ ਜਿਸ ਨਾਲ ਉਹ ਸੈਟੇਲਾਈਟ ਵਿੱਚ ਨਹੀਂ ਆਉਂਦੇ ਸੀ। ਤੇ ਉਹਨਾਂ ਨੇ ਛੋਟੇ ਮੋਟੇ ਜ਼ਮੀਨੀ ਤੇ ਹਵਾਈ ਧਮਾਕੇ ਵੀ ਕੀਤੇ ਸੀ ਤਾਂ ਜੋ ਅਮਰੀਕਾ ਦਾ ਧਿਆਨ ਭਟਕਾਇਆ ਜਾ ਸਕੇ। ਤੇ ਆਖਿਰਕਾਰ ਭਾਰਤ ਨੇ ਸਫਲ ਪ੍ਰੀਖਣ ਕਰ ਲਿਆ ਸੀ ਤਾਂ ਉਸ ਵਕਤ ਅਮਰੀਕੀ ਰਾਸ਼ਟਰਪਤੀ ਮੰਨੇ ਕਿ ਭਾਰਤ ਨੇ ਨਾ ਸਿਰਫ CIA ਨੂੰ ਬਲਕਿ ਪੂਰੀ ਅਮਰੀਕਾ ਦੀ ਸਰਕਾਰ ਨੂੰ ਮੂਰਖ ਬਣਾਇਆ ਸੀ। ਤੇ ਫਿਰ 13 ਨੂੰ ਦੁਬਾਰਾ ਫੇਰ ਥੋੜੇ ਧਮਾਕੇ ਹੋਏ ਤੇ ਜਿਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਭਾਰਤ ਨੂੰ ਪਰਮਾਣੂ ਸ਼ਕਤੀ ਨਾਲ ਲੈਸ ਦੇਸ਼ ਘੋਸ਼ਿਤ ਕਰ ਦਿੱਤਾ ਸੀ ਤੇ ਭਾਰਤ ਨੇ ਆਪਣਾ ਪਹਿਲਾ ਪ੍ਰੀਖਣ 18 ਮਈ 1974 ਨੂੰ ਕਰਿਆ ਸੀ। ਤੇ ਇਹਦੇ ਨਾਲ ਇੰਡੀਆ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ ਦੂਜੇ ਦੇਸ਼ਾਂ ਨੂੰ ਕਿ ਸਾਡੇ ਕੋਲ ਇਹ ਟੈਕਨੋਲੋਜੀ ਹੈ ਕਿ ਅਸੀਂ ਨਿਊਕਲੀਅਰ ਬੰਬ ਤਿਆਰ ਕਰ ਸਕਦੇ ਹਾਂ। ਤੇ ਉਹ ਸੰਦੇਸ਼ ਦੁਨੀਆ ਵਿੱਚ ਪਹੁੰਚ ਗਿਆ ਸੀ ਤੇ 1996 ਵਿੱਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਉਸ ਵਕਤ ਹੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਸੀ ਪਰ ਉਹਨਾਂ ਦੀ ਸਰਕਾਰ 13 ਦਿਨ ਹੀ ਟਿਕ ਸਕੀ। ਉਸ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਤੇ ਫਿਰ ਜਦੋਂ ਦੁਬਾਰਾ ਉਹ 1998 ਵਿੱਚ ਪ੍ਰਧਾਨ ਮੰਤਰੀ ਚੁਣ ਕੇ ਆਉਂਦੇ ਨੇ ਤਾਂ ਫਿਰ ਉਹਨਾਂ ਨੇ ਕਿਹਾ ਕਿ ਹੁਣ ਟੈਸਟ ਜ਼ਰੂਰ ਹੋਵੇਗਾ। ਤੇ ਫਰਵਰੀ ਮਾਰਚ ਵਿੱਚ ਉਹ ਪ੍ਰਧਾਨ ਮੰਤਰੀ ਬਣੇ ਸੀ ਤੇ 11 ਮਈ 1998 ਵਿੱਚ ਉਹਨਾਂ ਨੇ ਪਹਿਲਾ ਪ੍ਰੀਖਣ ਕਰ ਦਿੱਤਾ ਸੀ ਤੇ ਇੱਕ ਦਿਨ ਛੱਡ ਕੇ 13 ਮਈ ਨੂੰ ਦੂਸਰਾ ਧਮਾਕਾ ਵੀ ਹੋ ਗਿਆ। ਤੇ ਇਸ ਏਰੀਏ ਨੂੰ ਤਿਆਰ ਕਰਨ ਲਈ 58th ਇੰਜੀਨੀਅਰ ਰੈਜੀਮੈਂਟ ਆਫ ਇੰਡੀਅਨ ਆਰਮੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਉਹਨਾਂ ਨੇ ਇਸ ਜਗ੍ਹਾ ਨੂੰ ਤਿਆਰ ਕੀਤਾ ਜਦਕਿ ਉਹਨਾਂ ਦੇ ਮੇਨ ਕੁਝ ਕੁ ਅਫਸਰਾਂ ਨੂੰ ਹੀ ਪਤਾ ਸੀ ਕਿ ਇੱਥੇ ਕੀ ਹੋਣਾ। ਤੇ ਉਹਨਾਂ ਨੇ ਧਿਆਨ ਭੜਕਾਉਣ ਲਈ ਉੱਥੇ ਸਟੇਡੀਅਮ ਤਿਆਰ ਕੀਤਾ ਤੇ ਬਹੁਤ ਸਾਰੇ ਝੰਡੇ ਗੱਡੇ ਤੇ ਆਰਮੀ ਦਾ ਕ੍ਰਿਕਟ
ਟੂਰਨਾਮੈਂਟ ਕਰਵਾਇਆ ਜਾਂਦਾ ਸੀ ਤੇ 500-700 ਜਵਾਨ ਉੱਥੇ ਦੇਖਦੇ ਸੀ ਤੇ ਕ੍ਰਿਕਟ ਟੂਰਨਾਮੈਂਟ ਹੁੰਦਾ ਸੀ। ਉਸ ਵਕਤ 5-4 ਬੰਦੇ ਜਾ ਕੇ ਆਪਦਾ ਕੰਮ ਕਰ ਲੈਂਦੇ ਸੀ ਤੇ ਇਹ ਉਹੀ ਸੈੱਟ ਦੇ ਬਿਲਕੁਲ ਨੇੜੇ ਤੇੜੇ ਹੀ ਬਣਾਇਆ ਗਿਆ ਸੀ ਤੇ ਹਰ ਇੱਕ ਸਾਇੰਟਿਸਟ ਦਾ ਅਲੱਗ ਨਾਮ ਰੱਖਿਆ ਗਿਆ ਸੀ, ਜਿਵੇਂ ਕਿ ਡਾਕਟਰ ਅਬਦੁਲ ਕਲਾਮ ਜੀ ਦਾ ਨਾਮ ਰੱਖਿਆ ਗਿਆ ਸੀ, ਮੇਜਰ ਜਨਰਲ ਪ੍ਰਿਥਵੀ ਰਾਜ, ਤੇ ਉਹ ਇਸ ਨਾਮ ਨਾਲ ਹੀ ਟਿਕਟ ਬੁੱਕ ਕਰਾਉਂਦੇ ਸੀ, ਆਪਦੇ ਅਸਲੀ ਨਾਮ ਨਾਲ ਨਹੀਂ। ਤੇ ਇਸ ਤੋਂ ਬਾਅਦ ਇੰਡੀਆ ਨੇ ਇੱਕ ਪਾਲਿਸੀ ਦਿੱਤੀ ਨੋ ਫਸਟ ਯੂਜ਼ ਦੀ ਕਿ ਅਸੀਂ ਇਸ ਦੀ ਕਦੇ ਵੀ ਪਹਿਲ ਨਹੀਂ ਕਰਾਂਗੇ। ਜੇਕਰ ਕੋਈ ਦੂਸਰਾ ਦੇਸ਼ ਸਾਡੇ ਤੇ ਨਿਊਕਲੀਅਰ ਅਟੈਕ ਕਰਦਾ ਹੈ ਤਾਂ ਉਸ ਵਕਤ ਅਸੀਂ ਇਸ ਨੂੰ ਵਰਤਣ ਦਾ ਐਕਸ਼ਨ ਲੈ ਸਕਦੇ ਹਾਂ। ਪਰ ਇੰਡੀਆ ਦਾ ਇਹ ਵੀ ਕਹਿਣਾ ਸੀ ਕਿ ਦੂਸਰੇ ਦੇਸ਼ ਉਦੋਂ ਤੱਕ ਇਹ ਚੀਜ਼ ਨੂੰ ਨਹੀਂ ਵਰਤਦੇ ਜਦੋਂ ਤੱਕ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਉਹਨਾਂ ਦੇ ਕੋਲ ਵੀ ਹੈ, ਤਾਂ ਇਸ ਕਾਰਨ ਸ਼ਾਂਤੀ ਕਾਇਮ ਰਹੇਗੀ। ਤੇ ਇੰਡੀਆ ਦੀਆਂ ਬਹੁਤ ਸਾਰੀਆਂ ਲੜਾਈਆਂ ਵੀ ਹੋਈਆਂ ਨੇ ਪਰ ਉਹਨਾਂ ਦੇ ਵਿੱਚ ਨਿਊਕਲੀਅਰ ਦਾ ਇਸਤੇਮਾਲ ਨਹੀਂ ਕੀਤਾ ਗਿਆ ਤੇ ਪੂਰੇ 20 ਸਾਲ ਬਾਅਦ ਉਹੀ ਜਗ੍ਹਾ ਤੇ ਦੁਬਾਰਾ ਟੈਸਟਿੰਗ ਹੋਈ ਤੇ ਜਿਸ ਤੋਂ ਬਾਅਦ ਕਲਾਮ ਜੀ ਨੂੰ ਬਹੁਤ ਸਾਰਾ ਸਨਮਾਨ ਮਿਲਿਆ ਕਿਉਂਕਿ ਉਹਨਾਂ ਦੀ ਦੇਖ ਰੇਖ ਵਿੱਚ ਭਾਰਤ ਵੀ ਇੱਕ ਨਿਊਕਲੀਅਰ ਪਾਵਰ ਵਾਲਾ ਦੇਸ਼ ਬਣ ਗਿਆ ਸੀ। ਤੇ ਇਸ ਤੋਂ ਬਾਅਦ ਕਲਾਮ ਜੀ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਮੋੜ ਆਇਆ ਕਿਉਂਕਿ ਉਹ 2002 ਵਿੱਚ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ ਤੇ ਉਹ ਬਹੁਤ ਵੱਡੀ ਜਿੱਤ ਨਾਲ ਰਾਸ਼ਟਰਪਤੀ ਬਣੇ ਸੀ ਤੇ ਕਲਾਮ ਜੀ ਨੂੰ ਭਾਰਤ ਦਾ ਸਭ ਤੋਂ ਵੱਡਾ ਅਵਾਰਡ ਭਾਰਤ ਰਤਨ ਵੀ ਦਿੱਤਾ ਗਿਆ ਤੇ ਇਹਨਾਂ ਦੇ ਵਿਰੋਧੀ ਨੂੰ 1,00,000 ਵੋਟ ਪਈ ਸੀ ਜਦਕਿ ਇਹਨਾਂ ਨੂੰ 9,22,884 ਵੋਟ ਪਈ ਸੀ। ਤੇ ਕਲਾਮ ਜੀ ਜਦੋਂ ਤੱਕ ਰਾਸ਼ਟਰਪਤੀ ਬਣੇ ਰਹੇ ਉਦੋਂ ਤੱਕ ਉਹਨਾਂ ਨੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਤੇ ਆਪਣੇ 5 ਸਾਲ ਦੇ ਕਾਰਜਕਾਲ ਤੋਂ ਬਾਅਦ ਉਹਨਾਂ ਨੇ ਦੁਬਾਰਾ ਰਾਸ਼ਟਰਪਤੀ ਬਣਨ ਦੀ ਇੱਛਾ ਜਤਾਈ ਪਰ ਇਸ ਦੇ 2 ਦਿਨ ਬਾਅਦ ਹੀ ਇਹ ਫੈਸਲਾ ਵਾਪਸ ਲੈ ਲਿਆ। ਇਸ ਤੋਂ ਬਾਅਦ ਜਿਸ ਉਮਰ ਵਿੱਚ ਲੋਕ ਰਿਟਾਇਰ ਹੋ ਕੇ ਘਰੇ ਬੈਠ ਜਾਂਦੇ ਨੇ ਉਸ ਉਮਰ ਵਿੱਚ ਉਹ ਕਾਲਜ ਵਿੱਚ ਪ੍ਰੋਫੈਸਰ ਨਿਯੁਕਤ ਹੋ ਗਏ ਸੀ ਤੇ ਉਹ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਸੀ ਤੇ 27 ਜੁਲਾਈ 2015 ਨੂੰ ਉਹ ਸ਼ਿਲਾਂਗ ਗਏ ਜਿੱਥੇ ਉਹਨਾਂ ਨੇ ਇੱਕ ਜਗ੍ਹਾ ਤੇ ਲੈਕਚਰ ਦੇਣਾ ਸੀ ਤੇ ਸ਼ਾਮ ਦੇ 6:35 ਤੇ ਉਹ ਲੈਕਚਰ ਦਿੰਦੇ ਹੋਏ ਗਿਰ ਗਏ ਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਜਿੱਥੇ ਉਹ 7:45 ਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਤੇ ਕਮਾਲ ਦੀ ਗੱਲ ਹੈ ਕਿ ਕਲਾਮ ਜੀ ਦੀ ਮੌਤ ਉਹਨਾਂ ਦਾ ਸਭ ਤੋਂ ਮਨਪਸੰਦ ਦਾ ਕੰਮ ਪੜਾਉਣ ਸਮੇਂ ਹੀ ਹੋਈ ਸੀ। ਸੋ ਉਹਨਾਂ ਦੀਆਂ ਕੁਝ ਅਜਿਹੀਆਂ ਗੱਲਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਕਲਾਮ ਜੀ ਨੇ ਦੇਸ਼ ਦਾ ਨਾਮ ਬਹੁਤ ਉੱਚਾ ਕਰਿਆ ਹੈ ਪਰ ਉਹਨਾਂ ਨੇ ਕਦੇ ਧਰਤੀ ਨੂੰ ਨਹੀਂ ਛੱਡਿਆ, ਮਤਲਬ ਉਹ ਧਰਤੀ ਨਾਲ ਜੁੜੇ ਹੋਏ ਇਨਸਾਨ ਸੀ। ਉਹਨਾਂ ਨੇ ਜਦੋਂ ਰਾਸ਼ਟਰਪਤੀ ਭਵਨ ਛੱਡਿਆ ਤਾਂ ਉਹਨਾਂ ਕੋਲ ਸਿਰਫ ਇੱਕ ਛੋਟਾ ਜਿਹਾ ਕੱਪੜਿਆਂ ਦਾ ਬੈਗ ਸੀ। ਕਲਾਮ ਜੀ ਦੀ ਸਵਿਟਜ਼ਰਲੈਂਡ ਦੀ ਯਾਤਰਾ ਵਾਲੇ ਦਿਨ ਨੂੰ ਸਵਿਟਜ਼ਰਲੈਂਡ ਵਿੱਚ ਵਿਗਿਆਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕਲਾਮ ਜੀ ਨੇ ਕਦੇ ਵੀ ਧਰਮਾਂ ਨੂੰ ਨਹੀਂ ਮੰਨਿਆ। ਕਲਾਮ ਜੀ ਨੇ ਆਪਣੇ ਘਰ ਦੀ ਕੰਧ ਤੇ ਕੱਚ ਲਗਾਉਣ ਤੋਂ ਮਨਾ ਕਰ ਦਿੱਤਾ ਜੋ ਕਿ ਇਹਨਾਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਸੀ ਪਰ ਇਹਨਾਂ ਨੇ ਕਿਹਾ ਕਿ ਇਹ ਕੱਚ ਪੰਛੀਆਂ ਲਈ ਖਤਰਨਾਕ ਹੈ। ਕਲਾਮ ਜੀ ਨੂੰ ਇੱਕ ਵਾਰ ਇੱਕ ਕਾਲਜ ਵਿੱਚ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਗਿਆ ਸੀ। ਕਲਾਮ ਜੀ 1 ਰਾਤ ਪਹਿਲਾਂ ਹੀ ਕਾਲਜ ਵਿੱਚ ਪਹੁੰਚ ਗਏ ਤੇ ਉਹਨਾਂ ਨੇ ਉੱਥੇ ਕਿਹਾ ਕਿ ਜਦੋਂ ਮੈਂ ਈਵੈਂਟ ਦੇਖਾਂਗਾ ਉਹ ਤਾਂ ਨਤੀਜਾ ਹੋਵੇਗਾ ਪਰ ਮੈਂ ਇਹਨਾਂ ਦੀ ਸੱਚੀ ਮਿਹਨਤ ਦੇਖਣਾ ਚਾਹੁੰਦਾ। ਇੱਕ ਵਾਰ ਕਲਾਮ ਜੀ ਨੇ ਈਵੈਂਟ ਦੇ ਦੌਰਾਨ ਇੱਕ ਕੁਰਸੀ ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕੁਰਸੀ ਦੂਜੀਆਂ ਕੁਰਸੀਆਂ ਤੋਂ ਆਕਾਰ ਵਿੱਚ ਵੱਡੀ ਸੀ ਤੇ ਕਲਾਮ ਜੀ ਨੇ ਕਿਹਾ ਕਿ ਜਾਂ ਤਾਂ ਬਾਕੀ ਲੋਕਾਂ ਦੀਆਂ ਕੁਰਸੀਆਂ ਨੂੰ ਵੱਡਾ ਕਰੋ ਜਾਂ ਫਿਰ ਮੈਨੂੰ ਵੀ ਦੂਜੇ ਲੋਕਾਂ ਦੀਆਂ ਕੁਰਸੀਆਂ ਵਾਂਗ ਛੋਟੀ ਕੁਰਸੀ ਹੀ ਦੇ ਦਿਓ। ਤੇ ਉਹਨਾਂ ਦੇ ਕੁਝ ਵਿਚਾਰਾਂ ਬਾਰੇ ਗੱਲ ਕਰਦੇ ਹਾਂ। ਜੇਕਰ ਤੁਸੀਂ ਸੂਰਜ ਦੀ ਤਰ੍ਹਾਂ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਦੀ ਤਰ੍ਹਾਂ ਜਲਣਾ ਸਿੱਖੋ। ਇਸ ਤੋਂ ਪਹਿਲਾਂ ਕਿ ਸੁਪਨੇ ਸੱਚ ਹੋਣ ਤੁਹਾਨੂੰ ਸੁਪਨੇ ਦੇਖਣੇ ਪੈਣਗੇ। ਤੇ ਅੱਗੇ ਗੱਲ ਕਰਦੇ ਹਾਂ, ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਮੈਂ ਹਰ ਇੱਕ ਚੀਜ਼ ਨੂੰ ਨਹੀਂ ਬਦਲ ਸਕਦਾ। ਇਨਸਾਨ ਨੂੰ ਮੁਸ਼ਕਲਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਸਫਲਤਾ ਦਾ ਆਨੰਦ ਮਾਣਨ ਲਈ ਇਹ ਜ਼ਰੂਰੀ ਨੇ। ਤੇ ਉਹਨਾਂ ਨੇ ਸਾਰੇ ਹੀ ਧਰਮ ਪੜ੍ਹੇ ਨੇ ਤੇ ਉਹਨਾਂ ਦਾ ਕਹਿਣਾ ਇਹ ਆ ਕਿ ਕਿਸੇ ਵੀ ਧਰਮ ਵਿੱਚ ਉਸ ਧਰਮ ਨੂੰ ਬਚਾਉਣ ਲਈ ਜਾਂ ਵਧਾਉਣ ਲਈ ਕਿਸੇ ਵੀ ਦੂਜੇ ਨੂੰ ਮਾਰਨ ਬਾਰੇ ਨਹੀਂ ਦੱਸਿਆ ਗਿਆ। ਕਲਾਮ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਉਹਨਾਂ ਦੀ ਬਾਇਓਗ੍ਰਾਫੀ ਦੀ ਬੁੱਕ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਹਰ ਇੱਕ ਉਹ ਬੰਦੇ ਤੱਕ ਪਹੁੰਚ ਸਕੇ ਜੋ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਨੇ। ਸੋ ਸਾਰੇ ਹੀ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹਰ ਰੋਜ਼ ਮੋਟੀਵੇਟ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।